ਬਿਸਮਿਲ੍ਲਾਹ ਰਹਿਮਾਨ ਰਹੀਮ ਨਾਜ਼ਰੀਨ ਮੈਂ ਤੁਹਾਡਾ ਮੇਜ਼ਬਾਨ ਅਮਾਨਤ ਅਲੀ ਸਾਬਰ ਆਪਣੇ ਜ਼ਰੀ ਚੈਨਲ ਤੋਂ ਤੁਹਾਨੂੰ ਖੁਸ਼ਮਦੀਦ ਆਖਣਾ ਦੋਸਤੋ ਅੱਜ ਤੁਹਾਡੇ ਨਾਲ ਮੈਂ ਜਿਹੜੀ ਗੱਲਬਾਤ ਕਰਾਂਗਾ ਗੱਲਬਾਤ ਸਾਂਝੀ ਕਰ ਰਿਹਾ ਉਹ ਲੈਸਨ ਦੇ ਬਾਰੇ ਚ ਹੀ ਹੈ ਲੈਸਨ ਦੀ ਫਸਲ ਤੇ ਇੱਕ ਕੀੜਾ ਹੈ ਜਿਹਨੂੰ ਥ੍ਰਿਪਸ ਕਹਿੰਦੇ ਆ ਉਹ ਅਕਸਰ ਬਲਕੇ ਬਹੁਤ ਜ਼ਿਆਦਾ ਉਹ ਹਮਲਾ ਕਰਦਾ ਹੈ ਉਹਦੇ ਹਮਲੇ ਤੋਂ ਬਗੈਰ ਯਾਨੀ ਕਿ ਪੌਦਿਆਂ 'ਚ ਲਾਜ਼ਮਨ ਹੁੰਦਾ ਹੈ ਇਹ ਉਹਦੇ ਬਾਰੇ ਤੇ ਆਡੇ ਨਾਲ ਗੱਲਬਾਤ ਕਰਨੀ ਹੈ ਤੇ ਦੋਸਤੋ ਇਸ ਤੋਂ ਪਹਿਲੇ ਅਗਰ ਜਿਹੜੇ ਭਾਈ ਸਾਡੇ ਚੈਨਲ ਤੇ ਨਵੇਂ ਦੋਸਤ ਆਏ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਲਾਈਕ ਕਰ ਲੈਣ ਔਰ ਇਹਨੂੰ ਸ਼ੇਅਰ ਕਰਨ ਔਰ ਬੈਲ ਆਈਕਨ ਨੂੰ ਜ਼ਰੂਰ ਦਬਾਉਣ ਤਾਂ ਕਿ ਇਹੋ ਜੀਆਂ ਜਿਹੜੀਆਂ ਅਸੀਂ ਮਾਲੂਮਾਤੀ ਵੀਡੀਓ ਤੇ ਅਡੀ ਇਨਫਰਮੇਸ਼ਨ ਵਾਸਤੇ ਬਣਾਉਂਦੇ ਆ ਇਹ ਤੁਹਾਨੂੰ ਬਰ ਬਰ ਵਕਤ ਮਿਲਦੀਆਂ ਰਹਿਣ ਤੇ ਦੋਸਤੋ ਇਸ ਕੀੜੇ ਦੇ ਬਾਰੇ ਵਿੱਚ ਮੁਖਤਸਰ ਗੱਲ ਹੈ ਛੋਟੀ ਜੀ ਵੀਡੀਓ ਹੈ ਕਿਉਂਕਿ ਲੈਸਨ ਦੀਆਂ ਪਹਿਲੇ ਵੀ ਵੀਡੀਓ ਅਸੀਂ ਅਪਲੋਡ ਕੀਤੀਆਂ ਨੇ ਤੇ ਇਸ ਬਾਰੇ ਵੀ ਦੱਸਣਾ ਜ਼ਰੂਰੀ ਏ ਦੋਸਤੋ ਇਹ ਕੀੜਾ ਜਿਹੜਾ ਜਿਸ ਵਕਤ ਤੁਸੀਂ ਲਸਣ ਦੀ ਕਾਸ਼ਤ ਕਰ ਲੈਂਦੇ ਹੋ ਬਾਜ਼ ਜ਼ਮੀਂਦਾਰ ਭਾਈ ਇਹ ਸੋਚਦੇ ਨੇ ਕਿ ਬਸ ਠੀਕ ਏ ਲਸਣ ਲਾ ਦਿੱਤਾ ਗੁਣੀਆਂ ਛੋਡੀਆਂ ਕਰ ਦਿੱਤੀਆਂ ਤੇ ਠੀਕ ਏ ਲੇਕਿਨ ਦੋਸਤੋ ਜਿਸ ਵਕਤ ਤੁਹਾਡੇ ਪੌਦੇ ਜ਼ਰਾ ਥੋੜੇ ਜੇ ਨਿਕਲਦੇ ਨੇ ਕੌਂਪਲਾਂ ਬਣਦੀਆਂ ਨੇ ਤੇ ਆਪਣੇ ਉਹ ਮਰਾਹਲ ਨੂੰ ਜਾ ਰਹੇ ਹੁੰਦੇ ਨੇ ਖਾਸ ਕਰਕੇ ਫਰਵਰੀ ਦੇ ਮਹੀਨੇ ਚ ਜਨਵਰੀ ਫਰਵਰੀ ਮਾਰਚ ਦੇ ਮਹੀਨੇ ਚ ਯਾਨੀ ਇਸ ਤੋਂ ਪਹਿਲੇ ਵੀ ਇਹ ਕੀੜਾ ਹਮਲਾ ਕਰ ਸਕਦਾ ਕੋਈ ਜ਼ਰੂਰੀ ਨਹੀਂ ਕਿ ਉਸੇ ਮਹੀਨੇ ਚ ਇਸ ਤੋਂ ਪਹਿਲੇ ਵੀ ਕਰ ਲੈਂਦਾ ਤੇ ਦੋਸਤੋ ਇਹ ਜਿਹੜਾ ਥ੍ਰਿਪਸ ਹੈ ਨਾ ਇਹ ਇੱਕ ਛੋਟੇ ਛੋਟੇ ਕੀੜੇ ਹੁੰਦੇ ਨੇ ਬਾਜ਼ਕਾਤ ਤੁਸੀਂ ਆਪਣੇ ਲਸਣ ਦੇ ਜਿਹੜੇ ਪੱਤੇ ਹੁੰਦੇ ਨੇ ਸ਼ਾਖਾਂ ਜਿਹੜੀਆਂ ਉਹਨੀਆਂ ਪੱਤਿਆਂ ਜਾਂ ਇੰਜ ਖੋਲ ਕੇ ਦੇਖੋਗੇ ਤੇ ਬਹੁਤ ਯਾਨੀ ਕਿ ਬਰੀਕ ਬਰੀਕ ਹੁੰਦੇ ਨੇ ਬਾਜ਼ਕਾਤ 40 ਪਲੱਸ ਜਿਹੜੇ ਨੇ ਉਹ ਬੜੀ ਮੁਸ਼ਕਲ ਹੀ ਉਹਨਾਂ ਨੂੰ ਨਜ਼ਰ ਆਉਂਦੇ ਨੇ ਇਹਨਾਂ ਖਲੋਣੀ ਪੈਂਦੀ ਹੈ ਔਰ ਦੋਸਤੋ ਇਹ ਜਿਹੜੇ ਕੀੜੇ ਨੇ ਛੋਟੇ ਛੋਟੇ ਸੁੰਡੀਆਂ ਟਾਈਪ ਹੁੰਦੇ ਨੇ ਔਰ ਇਹ ਪੱਤੇ ਦਾ ਜਿਹੜਾ ਨਾ ਇਹ ਰਸ ਚੂਸਦੇ ਨੇ ਔਰ ਬੈਠੇ ਕਿੱਥੇ ਹੁੰਦੇ ਨੇ ਮਨ ਯਾਨੀ ਕਿ ਨਜ਼ਰ ਨਹੀਂ ਆਉਂਦੇ ਜਿਹੜੀ ਸ਼ਾਖ ਹੁੰਦੀ ਹੈ ਉਹਦੀਆਂ ਕੌਂਪਲਾਂ ਜਿਹੜੀ ਨਵੀਂ ਕੌਂਪਲ ਫੁੱਟਦੀ ਹੈ ਉਹਦੇ ਵਿੱਚ ਬੈਠੇ ਹੁੰਦੇ ਨੇ ਇਹ ਇੱਕ ਦੋ ਵੀ ਨਹੀਂ ਹੁੰਦਾ ਇਹ ਸੌਆਂ ਦੀ ਤਦਾਦ ਇੱਕ ਇੱਕ ਪੌਦੇ ਦੇ ਵਿੱਚ ਹੁੰਦੇ ਨੇ ਤੇ ਜਿਸ ਵਕਤ ਦੋਸਤੋ ਇਹ ਪੈਦਾ ਹੋ ਜਾਣ ਇਹੋ ਜਿਹੇ ਆਲਾਮਾਤ ਤੁਹਾਨੂੰ ਆਪਣੇ ਲਸਣ ਦੇ ਪੌਦਿਆਂ ਵਿੱਚੋਂ ਨਜ਼ਰ ਆਉਣ ਉਹਨਾਂ ਨੂੰ ਖੋਲ ਕੇ ਦੇਖੋ ਉਹ ਅਗਰ ਤੁਹਾਨੂੰ علامات نظر ਆ ਰਹੀਆਂ ਨੇ ਕਿ ਵੇਖਦੇ ਹੋ ਤੁਸੀਂ ਉਹਦੇ ਵਿੱਚ تھ੍ਰਿਪਸ ਬੈਠੇ ਹੋਏ ਨੇ ਇਹ ਦੋਸਤੋ ਫਿਰ ਆਸਤਾ ਆਸਤਾ ਪੱਤੇ ਦਾ ਜਿਹੜਾ ਰਸ ਚੂਸਦੇ ਨੇ ਸਫੈਦ ਰੰਗ ਦੇ ਯਾਨੀ ਕਿ ਉਸ ਸਪਾਟ ਬਣ ਜਾਂਦੇ ਨੇ ਨਿਸ਼ਾਨ ਬਣ ਜਾਂਦੇ ਨੇ ਪੱਤਾ ਡੈਮੇਜ ਹੋ ਜਾਂਦਾ ਪੱਤਾ ਗਿਰ ਜਾਂਦਾ ਜੋ ਵੀ ਉਹਦੇ ਨਾਲ ਯਾਨੀ ਉਹਦੀ ਕਮਜ਼ੋਰੀ ਜ਼ਾਰ ਹੋ ਜਾਂਦੀ ਹੈ ਖਤਮ ਕਰ ਦਿੰਦਾ ਪੱਤੇ ਨੂੰ ਰਸ ਚੂਕ ਚੂਸ ਕੇ اور ਜਿਹੜਾ ਪੈਦਾਵਾਰ ਦਾ ਅਮਲ ਹੁੰਦਾ ਥੱਲੇ ਪੌਦਿਆਂ ਦੀਆਂ ਰੂਟਸ ਨੂੰ ਜਾਣਾ ਹੁੰਦਾ ਉਹ ਰੁਕ ਜਾਂਦਾ ਇਹ ਦੋਸਤੋ ਇਹਦਾ ਫਿਰ ਬਰਵਕਤ ਆਪਾ ਬੜਾ ਜ਼ਰੂਰੀ ਹੈ ਅਗਰ ਤੁਸੀਂ ਕਿਤੇ ਆਪਣੇ ਯਾਨੀ ਪੌਦਿਆਂ ਨੂੰ ਦੇਖੋ ਤੁਹਾਨੂੰ ਇਹ ਨਜ਼ਰ ਆਉਣ ਤੇ ਫੌਰੀ ਤੌਰ ਤੇ ਕੈਮੀਕਲ ਫਿਰ ਤਰੀਕਾ ਰਹਿ ਜਾਂਦਾ ਕੈਮੀਕਲ ਤਰੀਕੇ ਤੋਂ ਇਲਾਵਾ ਫਿਰ ਦੂਸਰਾ ਹੱਲ ਨਹੀਂ ਹੁੰਦਾ ਉਹ ਫਿਰ ਤੁਸੀਂ ਉਹਦਾ ਸਪਰੇਅ ਕਰੋ ਉਹ ਤੁਹਾਡੇ ਨਾਲ ਮੈਂ ਗੱਲਬਾਤ ਕਰਨੀ ਹੈ ਕਿ ਅਗਰ ਤੁਹਾਨੂੰ ਤੁਹਾਡੀ ਫਸਲ ਦੇ ਉੱਤੇ ਇਹ ਚੀਜ਼ਾਂ ਨਜ਼ਰ ਆਉਣੀਆਂ ਨੇ ਇਹ ਕੀੜੇ ਨਜ਼ਰ ਥ੍ਰਿਪਸ ਨਜ਼ਰ ਆਉਂਦੇ ਨੇ ਤੇ ਇਹਦੇ ਵਾਸਤੇ ਦੋਸਤੋ ਡਾਈਮੈਕਰਨ ਆਰ ਮੋਨੀਟਰ ਜ਼ੈਰਾ ਨੇ ਇਹ ਦੋ ਤੋਂ ਤਿੰਨ ਸੀਸੀ ਜਾਂ ਇਨ ਐਮ ਐਲ ਕਹਿ ਲਓ ਇਹ 5 ਲੀਟਰ ਪਾਣੀ 'ਚ ਇਸਤੇਮਾਲ ਕਰਕੇ ਆਪਣੇ ਰਕਬੇ ਦੇ ਮੁਤਾਬਕ ਤੁਸੀਂ ਇਹਦਾ ਸਪਰੇਅ ਕਰੋਗੇ ਤੇ ਇਹਨਾਂ ਦੇ ਨਾਲ ਇਸ ਕੀੜੇ ਦਾ ਤਦਾਰਕ ਹੋ ਜਾਏਗਾ ਇਸ ਤੋਂ ਇਲਾਵਾ ਦੋਸਤੋ ਇੱਕ ਬੈਸਟ ਪੈਸਟੀਸਾਈਡਸ ਯਾਨੀ ਸਪਰੇਅ ਹੈ ਉਹ ਹੈ ਰੈਡੀਅੰਟ ਇਹਦਾ ਸਪਰੇਅ ਤੁਸੀਂ ਕਰੋਗੇ ਇਸ 100 ml ਕਰ ਦਿਓ ਜਾਂ ਉਸ ਹਿਸਾਬ ਨਾਲ ਆਪਣੇ ਖੇਤ ਦੇ ਹਿਸਾਬ ਨਾਲ ਬਿਮਾਰੀ ਦੇ ਲਿਹਾਜ਼ ਨਾਲ ਕਰ ਦਿਓ ਤੇ ਇਹ ਸਭ ਤੋਂ ਮؤਸਰ ਯਾਨੀ ਇਹ ਦਵਾ ਹੈ ਥੋੜੀ ਜੀ ਮਹਿੰਗੀ ਹੈ ਲੇਕਿਨ ਇਹ ਤੁਹਾਡੇ ਇਸ ਜਿਹੜਾ ਤੁਹਾਡੀ ਫਸਲ ਤੇ ਇਸ ਵਕਤ ट्रिप्स ਜਿਹੜਾ ਹਮਲਾ ਕੀਤਾ ਹੈ ਉਹਨੂੰ ਇੱਕ ਕੰਟਰੋਲ ਕਰਨ ਚ ਕਾਫੀ ਹੱਦ ਤਾਈਂ ਮਦਦਗਾਰ ਸਾਬਤ ਹੋਏਗੀ ਔਰ ਤੁਹਾਡੀ ਪਰੇਸ਼ਾਨੀ ਨੂੰ ਦੂਰ ਕਰੇਗੀ ਦੋਸਤੋ ਇਹ ਯਾਨੀ ਕਿ ਮੈਂ ਤੁਹਾਨੂੰ ਨਾਲ ਥੋੜੀ ਜੀ ਮਾਲੂਮਾਤ ਸ਼ੇਅਰ ਕਰਨੀ ਸੀ ਤਾਂ ਕਿ ਤੁਸੀਂ ਲੈਸਨ ਦੀ ਫਸਲ ਲਾਈਏ ਇਧੇ ਤੇ ਤਵੱਜੂ ਦਿਓ ਇਧੇ ਖਿਆਲ ਕਰੋ ਇਸ ਗੱਲਬਾਤ ਦੇ ਨਾਲ ਆਪਣੇ ਮੇਜ਼ਬਾਨ ਅਮਾਨਤ ਅਲੀ ਨੂੰ ਇਜਾਜ਼ਤ ਦਿਓ ਅੱਲਾ ਹਾਫਿਜ਼